ਕਪੂਰਥਲਾ ਵੱਲੋਂ ਨਸ਼ੇ ਦੇ ਖਿਲਾਫ ਵਿਡੀ ਮੁਹਿੰਮ ਤਹਿਤ ਚੈਕਿੰਗ ਦੌਰਾਨ ਇੱਕ ਅੰਤਰਰਾਜੀ ਚੋਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ। ਪੁਲਿਸ ਨੇ ਇੱਕ ਚੋਰ ਨੂੰ 70 ਗ੍ਰਾਮ ਨਸ਼ੀਲੇ ਪਦਾਰਥਾਂ ਨੇ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਇਸ ਚੋਰ ਕੋਲੋਂ ਚੋਰੀ ਦੀਆਂ ਐਲਈਡੀਜ਼ ਵੀ ਬਰਾਮਦ ਹੋਈਆਂ ਨੇ। ਦੱਸ ਦਈਏ ਕਿ ਇਸ ਚੋਰ ਤੇ ਪਹਿਲਾਂ ਵੀ ਗੱਡੀਆਂ ਦੀਆਂ ਬੈਟਰੀਆਂ ਚੋਰੀ ਕਰਨ ਦੇ 12 ਮਾਮਲੇ ਦਰਜ ਹਨ, ਜਿਸ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਨਾਂ ਤੇ ਹੋਈ ਹੈ। ਜੀ ਸਰ, ਸਰਾਜੀ ਵੀ ਪ੍ਰੈਸ ਕਾਨਫਰੰਸ ਹੋਈ ਆ, ਕੀ ਸਾਰਾ ਮਾਮਲਾ ਸੀ? ਮਾਨਯੋਗ ਸਰਦਾਰ ਸਤਿੰਦਰ ਸਿੰਘ SSP ਕਪੂਰਥਲਾ ਸਾਹਿਬ ਦੇ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਅਤੇ ਅਪਰਾਧੀਆਂ ਦੇ ਖਿਲਾਫ ਮੁਹਿੰਮ ਵਿੱਚ SPD ਸਰਦਾਰ ਸਤਨਾਮ ਸਿੰਘ ਅਤੇ DSP ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਅੱਜ ਅਸੀਂ ਜਿਹੜੇ ਗਸ਼ਤ ਦੇ ਸੰਬੰਧ ਵਿੱਚ ਏਸੇ ਹਰਜੀਤ ਸਿੰਘ ਆਪਣੇ ਕਰਮਚਾਰੀਆਂ ਦੇ ਨਾਲ ਜਿਹੜਾ ਸੀ ਉਹ ਕਪੂਰਥਲਾ ਸ਼ਹਿਰ ਤੋਂ ਅਰਬਨ ਸਟੇਟ ਨੂੰ ਜਾ ਰਿਹਾ ਸੀ ਜਲੰਧਰ ਰੋਡ 'ਤੇ, ਜਿੱਥੇ ਇਹ ਦੋਸ਼ੀ ਜਿਹੜਾ ਉਹਨਾਂ ਨੂੰ ਵੇਖ ਕੇ ਥੋੜ੍ਹਾ ਖਿਸਕਣ ਲੱਗਾ, ਉਹਨਾਂ ਨੂੰ ਕਾਬੂ ਕੀਤਾ ਜੀ। ਇਹਦੀ ਤਲਾਸ਼ੀ ਕਰਨ 'ਤੇ ਇਹਦੇ ਪਾਸੋਂ ਜਿਹੜਾ 70 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਅਤੇ ਇਹਨੇ ਮੁੜ ਕੇ ਪੁੱਛਗਿੱਛ ਦੌਰਾਨ ਮੰਨਿਆ ਕਿ ਮੈਂ ਗ੍ਰਾਇਆਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਜਿਹੜੀ ਹੈਗੀਆਂ 2 LCDs ਚੋਰੀ ਕੀਤੀਆਂ ਸੀ, ਉਹ ਪੁਰਾਣੀ ਜਗ੍ਹਾ ਘਰ ਰੱਖੀਆਂ, ਉਹ ਬਰਾਮਦ ਕੀਤੀਆਂ ਜੀ। ਇਹਨੇ ਜਿਹੜੀਆਂ 2 ਹੋਰ LCDs ਨੇ ਉਹ ਜਿਹੜੀਆਂ ਫਗਵਾੜੇ ਇੱਕ ਕਸਮ ਕਰ ਹੈਗਾ ਕੁਵਾੜੀਆ ਉਹਨੂੰ ਵੇਖੀਆਂ ਨੇ ਜੀ, ਉਹ ਵੀ ਅਸੀਂ ਇਹਦਾ ਲਿਖ ਲਿਆ, ਉਹਨੂੰ ਅਸੀਂ ਬਾਈ ਨੇਮ ਜਿਹੜਾ ਹੈਗਾ ਇਸ ਮੁਕਦਮੇ ਵਿੱਚ ਨਾਮਜ਼ਦ ਕਰ ਲਿਆ। ਇਸ ਤੋਂ ਇਲਾਵਾ ਇਸ ਦੋਸ਼ੀ ਨੇ ਜਿਹੜਾ 25-30 ਗੱਡੀਆਂ ਦੀਆਂ ਬੈਟਰੀਆਂ ਅਤੇ ਬੈਟਰੀ ਚੋਰੀ ਕੀਤੇ ਨੇ, ਉਹ ਵੀ ਉਸੇ ਕੁਵਾੜੀਏ ਨੂੰ ਵੇਚੇ ਜੀ। ਅਤੇ ਪਲੱਸ ਇਹਨੇ ਮੋਬਾਈਲ ਫੋਨ ਜਿਹੜੇ ਉਸ 2 ਕੁਵਾੜੀਆਂ ਨੂੰ ਵੇਚੇ, ਕੁਝ ਹੋਰ 3 ਬੰਦਿਆਂ ਨੂੰ ਇਹਨੇ ਮੋਬਾਈਲ ਫੋਨ ਚੋਰੀ ਕਰਕੇ ਵੇਚੇ ਨੇ, ਉਹ ਵੀ ਅਸੀਂ ਜਿਹੜੇ ਆ ਫਰਦਨ ਸ਼ਾਹ ਲਿਖ ਲਿਆ ਇਹਦਾ ਜੀ। ਉਹ ਕੁਵਾੜੀਏ ਨੂੰ ਵੀ ਜਿਹੜਾ ਹੈਗਾ ਅਸੀਂ ਨਾਮਜ਼ਦ ਕਰਕੇ ਅਤੇ ਗ੍ਰਿਫਤਾਰ ਕਰਕੇ ਅਤੇ ਬਰਾਮਦ ਕਰ ਲਵਾਂਗੇ। ਸਰ, ਇਹ ਚੋਰੀ ਦੀ ਵਾਰਦਾਤ ਜਿੱਥੇ ਤੇ ਜਿਹੜੇ ਸ਼ਹਿਰਾਂ 'ਚ ਜਿੱਥੇ ਤੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ? ਇਹ ਵੱਖਰੇ ਵੱਖਰੇ ਸਟੇਟਾਂ ਦੇ ਵਿੱਚ ਵੀ ਚੋਰੀਆਂ ਕਰਦਾ ਜੀ। ਹਿਮਾਚਲ ਦੇ ਵਿੱਚ ਸਾਡੇ ਇੱਥੇ ਕੀਤੀਆਂ ਇਹਨੇ, ਹਰਿਆਣੇ 'ਚ ਵੀ ਇੱਕ ਇਹਨੇ ਚੋਰੀ ਕੀਤੀ ਹੈ ਜੀ। ਅਤੇ ਜਿਹੜੀ ਮੇਨ ਚੋਰੀ ਕੀਤੀ ਹੈ ਜੇ ਝਲਣੀਦਾ ਸੀ, ਉਹ ਗ੍ਰਾਇਆਂ ਤੋਂ ਜਿਹੜੀ ਇਹਨੇ ਚੋਰੀ ਕੀਤੀ ਹੈ। ਕੁਝ ਲੋਕਲ ਸ਼ਹਿਰ 'ਚ ਵੀ ਇਹਨੇ ਚੋਰੀਆਂ ਕੀਤੀਆਂ ਸੀ। ਇਹ ਇੱਕ ਮੁਕਦਮੇ ਦੇ ਵਿੱਚ ਜਿਹੜਾ ਹੈਗਾ ਭਗੌੜਾ ਹੈ, ਲੋਕਲ ਮੁਕਦਮਾ ਥਾਣਾ ਸਿਟੀ ਕਪੂਰਥਲੇ ਦਾ, ਉਹ 'ਚ ਭਗੌੜਾ ਹੋਇਆ ਜੀ। ਅਤੇ ਕੁਝ ਮੁਕਦਮਿਆਂ 'ਚ ਜਿਹੜੇ ਕੋਰਟ 'ਚ ਚੱਲ ਰਹੇ ਉਹਨਾਂ ਤੋਂ ਇਹਨੇ ਜਿਹੜਾ ਹੈਗਾ ਡੇਟ ਜੰਪ ਕੀਤੀ ਹੈ। ਸਰ, ਇਸ ਤੋਂ ਰਿਮਾਂਡ 'ਤੇ ਲਿਆ ਜਾ ਰਿਹਾ ਇਹਨੂੰ? ਹਾਂਜੀ, ਇਹਨੂੰ ਕੱਲ੍ਹ ਪੇਸ਼ ਕੀਤਾ ਜਾਵੇਗਾ ਡਿਊਟੀ ਮਿਨਿਸਟਰ ਸਾਹਿਬ ਦੇ, ਅਤੇ ਫਿਰ ਇਹਨਾਂ ਨੂੰ ਰਿਮਾਂਡ 'ਤੇ ਲੈ ਕੇ ਬਾਕੀ ਰਿਕਵਰੀ ਜਿਹੜੀ ਉਹ ਕੀਤੀ ਜਾਵੇਗੀ। ਮਾਮਲਾ ਸਰ ਜਿਹੜੀ ਧਾਰਾ ਦਰਜ ਕੀਤਾ ਜੀ, ਅਸੀਂ ਜਿਹੜਾ ਹੈਗਾ ਦਾ ਜੀ 2285 NDP ਸੈਕਟ 379411 IPC ਦਾ ਨਾਲ ਵਾਧਾ ਕਰਕੇ ਜਿਹੜਾ ਹੈਗਾ ਆ ਉਹ ਮੁਕਦਮਾ ਦਰਜ ਕੀਤਾ।